ਅੱਜ ਆਏ ਹੋਏ ਆ ਨੰਦੂ ਸ਼ਿਆ ਜੀ। ਨੰਦੂ ਕਿੱਦਾਂ ਹਾਲ? ਠੀਕ ਹੈ ਭਾਈ, ਸਤਿ ਸ਼੍ਰੀ ਅਕਾਲ ਪੰਜਾਬੀਓ, ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ, ਜਿਹਦਾ ਨਾਮ ਹੈ 0300 ਵਾਲੇ ਨਾਲ ਆ ਸੈਂਡੀ। ਕਿੱਦਾਂ ਹਾਲ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬੋਪਾ ਰਾਏ ਵਾਲੇ ਪੋਂਚੋਬਰ ਪਹੁੰਚੇ ਹੋਏ ਆ ਨਾ? ਹਾਂਜੀ ਹਾਂਜੀ। ਇੱਕ ਹੋਰ ਤਾਂ ਮੁੰਡਾ ਦੌੜ ਆਉਂਦਾ, ਇਹ ਕਹਿੰਦਾ ਮੁੰਡਾ ਓ ਤੇਰ ਸਾਰਾ ਹੀ ਹਿੱਲ ਗਿਆ ਢਿੱਡ ਭਰ ਦਾ ਗਰਾਉਂਡੇ ਚ ਲੱਗ ਵੱਡੀ ਖੇਡਣ। ਸੰਦੀਪ ਦਾ ਲੱਲੀ ਆ ਮੂੰਹ ਤੇ ਕੀ ਲੱਗਾ ਵਰਤ ਦਾੜੀ ਚ? ਚੜ ਗਿਆ ਕੀ ਸੀਗਾ? ਓਦਾਂ ਸਨਿਪ ਕਰਦਾ ਸਨਿਪ ਚੋਬਰ ਬਾਲੂ ਸ਼ਾਹੀਆਂ ਖਾਂਦੇ ਹੋਏ। ਫੇਰ ਤੂੰ ਵੀ ਲੈ ਲਾ, ਤੂੰ ਤੂੰ ਕਹਿੰਗਾ ਚੀਜੀ ਭਾਜੀ ਨੇ ਲਿਆ ਕੇ ਨੀ ਦਿੱਤੀ। ਖਿੱਚ ਖਿੱਚ ਦੂਰ ਕਰੋ। ਬਲੌਗ ਐਕਸਪੋਰਟ ਹੋ ਰਿਹਾ ਆ, ਅੱਜ ਮਨੀ ਨੇ ਐਡਿਟ ਕੀਤਾ ਬਲੌਗ। ਕਿੱਦੀ ਟਾਈਮਿੰਗ ਕਿੰਨੀ ਕਰਦੀ? ਕਿੰਨੇ ਟਾਈਮ ਕਿੰਨੇ ਚਿਰ ਦਾ ਬਲੌਗ ਬਣਾਤਾ? 1 ਘੰਟਾ 25 ਮਿੰਟ ਦਾ ਪਹਿਲੀ ਵਾਰ ਐਡਿਟ ਕੇ, ਮੈਂ ਕਿਹਾ ਚੱਲ ਕੋਈ ਨਾ 45 ਮਿੰਟ ਦਾ ਕਰੀ, 1 ਘੰਟਾ 25 ਮਿੰਟ ਦਾ ਬਲੌਗ ਕਰਤਾ। ਆਹੋ ਕਿਹਦੇ ਨਾਲ? ਨਹੀਂ 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 ਆ ਜਾਓ, ਚਲੋ ਚੱਲ ਉਹ ਤੇਰੀ ਭੈਣ ਮੂੰਹ ਪਿੱਛੇ ਨੂੰ ਕੀ ਤਾਂ ਘਬਰਾਹਟ ਹੀ ਕਰਤੀ ਇਕਦਮ। ਮੈਂ ਕਿਹਾ ਘੁੰਮਦੇ ਝਰੀਡਾ ਪਾਉਂਦੇ, ਮੈਂ ਤਾਂ ਨਾ ਸੀਟ ਤੇ ਲੂਈ ਦੇ ਕੇ ਕਾਲੀ। ਉਹ ਮੈਂ ਸੱਚੀ ਘਬਰਾ ਗਿਆ ਕਰਦਾ ਭਾਜੀ, ਉਹ ਨਾਲ ਹੀ ਗੋਲ ਨਹੀਂ ਆਉਂਦਾ ਡਰਦੇ। ਸਕੀਮ ਤਾਂ ਸੋਹਣੀ ਹੈ ਯਾਰ, ਮੈਂ ਸੱਚੀ ਘਬਰਾ ਗਿਆ ਕਿ ਬੈਠਾ ਆ। ਆਹੋ ਤੂੰ ਗੱਡੀ ਮਾੜੀ ਕਾਹ ਨੂੰ ਤੋਰ, ਇਹਦਾ ਸ਼ੀਸ਼ਾ ਫੇਰ ਟੁੱਟਾ ਹੋਇਆ ਆ, ਸ਼ੀਸ਼ੇ ਤੇ ਗ੍ਰਹਿ ਆ। ਗ੍ਰਹਿ ਆ ਭਾਜੀ? ਹਾਂ, ਇਹ ਸ਼ੀਸ਼ਾ ਕਦੀ ਪਿਆ ਰਹਿਣਾ ਨੀਗਾ। ਫੇਰ ਕੰਮ ਫੇਰ ਹੋ ਵੀ ਮਿੱਤਰੋ ਨੂੰ ਮਾੜਾ ਕਰੀ, ਕਹਿੰਦਾ ਐਸਾ ਹੋਇਆ ਨਹੀਂ ਉਹ ਕਦੇ। ਮਾਰਾਂ ਟਰਨ ਮੈਂ ਜਦੇ ਤੇ ਗੱਡੀ ਗੁਰੂ ਘਰੇ ਰੁਕੇ ਬਿਨਾਂ ਲੰਘੀ ਗੋਰੀਏ। ਆਹੀ ਗੱਲ ਗੱਭਰੂ ਦੀ ਚੰਗੀ ਗੋਰੀ, ਵਾਹਿਗੁਰੂ ਤੁਹਾਨੂੰ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ। ਚੰਗੀ ਮਿੱਤਰੋ, ਹੁਣ ਆਪਾਂ ਜਾ ਰਹੇ ਹਾਂ ਆਪਣੇ ਵਿਹਲੇ ਵਿਹਲਾ। ਲੋਕੀ ਕਹਿੰਦੇ ਆ ਕਿ ਵਿਹਲਾ ਕਹਿ ਦਿੰਦੇ ਆ ਕਿ ਤੁਸੀਂ ਵਿਹਲਾ ਕਹਿੰਦੇ, ਉਹਨਾਂ ਲਾ ਰਿਹਾ ਵਿਹਲਾ ਕਹਿ ਕੇ ਬਹੁਤ ਵੱਡਾ ਹੋਊਗਾ ਯਾਰ ਵਿਹਲਾ। ਰੋਕ ਨੇ ਆਪਣੇ ਬੁੜੇ ਨੂੰ ਲੱਭ ਕੇ ਦਿੱਤਾ ਸੀ, ਏਦਾਂ ਲੱਭਿਆ ਸੀ ਵੀ ਲਿਆ ਤਾਂ ਸੀਗਾ ਚਲੋ ਕਿਤੇ ਕਿਤੇ ਹਨਾ ਇੱਥੇ ਰਿਹਾ ਕਰਾਂਗੇ, ਪਰ ਹੁਣ ਇੱਥੇ ਆਪਾਂ ਸਟੂਡੀਓ ਹੀ ਪੱਕਾ ਹੀ ਹਨਾ, ਉਹ ਦੂਜਾ ਉਹ ਪਾਉਣਾ ਆਪਾਂ ਜਿੱਥੇ ਪੋਡਕਾਸਟ ਕਰਨ ਵਾਲਾ, ਤੇ ਉਦਾਂ ਇੱਥੇ ਹੀ ਹੋਇਆ ਕਰਾਂਗੇ। ਬਸ ਜਿਹੜੇ ਵੀ ਯਾਰ ਵੇਲੀ ਆਉਂਦੇ ਇੱਥੇ ਆਇਆ ਕਰਨਗੇ, ਸਿੱਧਾ ਹੀ ਜਾਣ ਦੇਣਾ ਤੁਸ਼ਾ ਜੀ। ਹੁਣ ਸੋ ਮੇਰੇ ਭਰਾ ਸੁਣ ਲਓ, ਜਿਹੜੇ ਘਰੇ ਆਉਂਦੇ ਇੱਥੇ ਆ ਜਾਇਆ ਕਰੋ, ਗਾਂਹ ਤੋਂ ਜੇ ਘਰੇ ਨਾ ਮਿਲਾਂ ਤਾਂ ਹਲੇ ਸਿਫਟ ਹੋ ਲਈਏ ਫੇਰ ਦੱਸਾਂਗੇ। ਉਹਨਾਂ ਨੂੰ ਦੱਸਾਂਗੇ ਸੌਖ ਬੰਦਾ ਲਓ ਵੀ ਮਿੱਤਰੋ,
ਇਹ ਆ ਗਿਆ ਈਕੋ ਹੋਮਸ, ਇੱਧਰ ਨੂੰ ਮੁੜਨਾ ਤੁਸੀਂ ਜੀ ਤੇ ਆਪਾਂ ਮਾੜਾ ਗਾ ਘਰ ਦੇ ਮੂਹਰੇ ਰੋਕਾਂਗੇ, ਉਹ ਜਿੱਥੇ ਖੜੇ ਨਾ ਮਿਸਤਰੀ ਲੱਗੇ ਆ ਭਾਈ ਆਪਣੇ ਲੱਗੇ ਆ ਸ਼ਾਇਦ ਨਹੀਂ ਬਿਜਲੀ ਹੈਗੀ ਹਾਂਜੀ ਹਾਂਜੀ ਚਲਦੀ ਆ ਸ਼ਾਇਦ ਯਾਰ ਸ਼ਾਇਦ ਆ ਗਿਆ ਵਿੱਚ ਤੁਹਾਡੀ ਗੱਲ ਦੇ ਯਾਰ ਤੇ ਹੁਣ ਕਰਤਾ ਘਰ ਲੋਕ ਬਾਹਰ ਵੀ ਯਾਰ ਜਿੰਦਾ ਲਾਉਣਾ ਚਾਹੀਦਾ ਬਾਹਰ ਕੋਈ ਲਾਇਆ ਨੇ ਨਿੱਕੇ ਜਿਹੇ ਜਿੰਦੇ ਦੇ ਸਹਾਰੇ ਘਰ ਲੋਕ ਕੀਤਾ ਹੋਇਆ ਨੰਦੂ ਉਧਰੋਂ ਬੈਕ ਕਰਨ ਚਲ ਗਿਆ ਸਿੱਧੀ ਕੱਢ ਲ ਜਾਣੀ ਸਗੋਂ ਬੈਕ ਕਰਨ ਹੀ ਬੜੀ ਦੂਰ ਚਲ ਗਿਆ ਹੈ ਹਾਂ ਹੁਣ ਤਾਂ ਤੁਹਾਡਾ ਹੀ ਹੈ ਯਾਰ ਮੈਂ ਕਦੋਂ ਮੁੱਕ ਰਿਹਾ ਹੁਣ ਖਾਣ ਲੱਗੇ ਚੋਬਰ ਮੋਮੋਸ ਖਾ ਤੂੰ ਮੈਂ ਚਿਕਨ ਵਾਲੇ ਤੈਨੂੰ ਖਾਣਾ ਨਹੀਂ ਤੈਨੂੰ ਪਤਾ ਚੱਕ ਆਇਓ ਕੋਈ ਨਾ ਕਾਗੇ ਆ ਗਏ ਉਹ ਵੀ ਤੂੰ ਸ਼ਗਨ ਸ਼ੁਰੂ ਕਰ ਮਨੀ ਮੁੜਿਆ ਹੀ ਨਹੀਂ ਕਿਸੇ ਨੇ ਨਾਪੀ ਨਾ ਲਿਆ ਹੋਵੇ ਨੰਦੂ ਸ਼ਾਹ ਜੀ ਜਾਣ ਦੇ ਕਰ ਲਾ ਤੋਰ ਲਾ ਗਾਂ ਨੂੰ ਤੋਰ ਲਾ ਗਾਂ ਨੂੰ ਉਹਨੂੰ ਕਹਿ ਨੂੰ ਤੋਰ ਲਾ ਗੇਟ ਵੀ ਗਲਤ ਖੋਲਤਾ ਗੇਟ ਗਲਤ ਖੋਲਤਾ ਬਾਹਰ ਨੂੰ ਹਾਂ ਕੌਣ ਆ ਕੌਣ ਆ ਇਸ਼ਤੀਰ ਲਗਾਉਣਾ ਮਨਾ ਹੇ ਗੱਡੀ ਹੁਣ ਬੈਕ ਕਰਨ ਗਿਆ ਇੱਕ ਇੱਕ ਕੱਢਣ ਲੱਗਾ ਨੰਦੂ ਭੁੰਮਾ ਕਹਿੰਦਾ ਭੁੰਮੇ ਨੂੰ ਮੈਂ ਕਿਹਾ ਗੱਡੀ ਅੰਦਰ ਵਾੜ ਦੇ ਕਹਿੰਦਾ ਮੈਂ ਤਾਂ ਕਹਿੰਦਾ ਸਿੱਧੀ ਸਿੱਧੀ ਚਲਾ ਸਕਦਾ ਮੈਂ ਸਿੱਧਾ ਡਰਾਈਵਰ ਆ ਕਹਿੰਦਾ ਅੱਜ ਤੱਕ ਬੈਕ ਗੇਅਰ ਯੂਜ਼ ਨਹੀਂ ਕੀਤਾ ਆ ਮੈਂ ਕਿਹਾ ਕਿਹੜੀ ਗੱਲ ਤੂੰ ਬੈਕ ਗੇਅਰ ਯੂਜ਼ ਹੀ ਨਹੀਂ ਕੀਤਾ ਕਦੀ ਕੱਟ ਦੇ ਸਾਰੀ ਰੇਸ ਦੇ ਕੇ ਚਲਾਉਂਦਾ ਆ ਉਹ ਫੇਰ ਬੰਦ ਬਸ ਕਰਾ ਲਈ ਬੰਦ ਕਰ ਲਈ ਚੱਲ ਜਾਣ ਦੇ ਉਹਨੂੰ ਕਹਿੰਦਾ ਓਲ ਜਾਣ ਕੇ ਕਰਨ ਡਿਆ ਜਾਣ ਕੇ ਗੱਡੀ ਨਹੀਂ ਨੰਦੂ ਸਹੀ ਨੀ ਆਈ ਅੱਜ ਕੀ ਕਾ ਹੋਇਆ ਕੀ ਆ ਬਿਲਕੁਲ ਗਾਂ ਲੈ ਜਾ ਜ਼ਿਆਦਾ ਕੱਟਣੀ ਪੈਣੀ ਆ ਨਾ ਝਟਕਾ ਨਾ ਮੇਰਾ ਖਰਾਬ ਹੋ ਜੂਗੀ ਰੁਕ ਜਾ ਹਲੇ ਦੇਖਦੇ ਹੁਣ ਇਹ ਭਰਾਵਾ ਬਾੜਦੀ ਬਈ ਮੈਨੂੰ ਅੰਦਰ ਓਏ ਬਚਾ ਅੰਨ ਇੱਕ ਆਵਾਜ਼ ਤਾਂ ਆਈ ਕੀ ਹੋਇਆ ਸੱਚੀ ਚੱਲੀ ਹੈ ਦੰਦੀਆਂ ਕੱਢ ਕੇ ਸਾਰਤਾ ਤੂੰ ਤਾਂ
ਜਿਦਾਂ ਦੀ ਸਿੱਧੀ ਮੈਂ ਵੀ ਚੜਾ ਲੈਣਾ ਆ ਐਸਾ ਹੋਇਆ ਨੀ ਕਦੇ ਮਾਰਾ ਟਰਨ ਮੈਂ ਜਦੇ ਤੇ ਗੱਡੀ ਗੁਰੂ ਘਰੇ ਰੁਕੇ ਬਿਨਾਂ ਲੰਘੀ ਗੋਰੀ ਆ ਆਹੀ ਗੱਲ ਤਾਂ ਗੱਭਰੂ ਦੀ ਚੰਗੀ ਗੋਰੀ ਹੈ ਵਾਹਿਗੁਰੂ ਸਾਨੂੰ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਯਾਰ ਹੋਰ ਫਿਰ ਲੱਗੇ ਜਾਂਦੇ ਨਹੀਂ ਇਹਨਾਂ ਦੀ ਗੱਲ ਹੋ ਰਿਹਾ ਮਤਲਬ ਇਹ ਜਿੱਦਾਂ 3-4-5 ਸਾਲ ਤੋਂ ਨਾ ਤੁਸੀਂ ਕੱਟੇ ਸਾਡੀ ਮਤਲਬ ਪਿੰਡ ਵਾਲੀ ਨਾ ਮਤਲਬ ਯਾਰ ਦੋਸਤੀ ਤਾਂ ਕਰਕੇ ਅਲੱਗ ਹੋ ਜਾਂਦਾ ਆ ਭੂਮਾ ਕਹਿੰਦਾ ਮੇਰੀ 22 ਸਾਲਾਂ ਦੀ ਯਾਰੀ ਆ ਤੇ ਤੁਸੀਂ ਜਿੱਦਾਂ ਕੱਲ ਟੱਕਰਿਆ ਕਰ ਕਹਿ ਗਿਆ ਤੂੰ ਦੱਸ ਤੇਰਾ ਕੀ ਕਹਿਣਾ ਹੁਣ ਤੂੰ ਦੱਸ ਭਾਜੀ ਮੇਰੀ ਗੱਲ ਸੁਣ ਮੇਰੀ ਉਮਰ ਆ 24 ਸਾਲ ਨੰਦੂ ਤੇਰੀ ਕਿੰਨੀ ਮੈਨੂੰ ਪਤਾ ਭਰਾਵਾਂ ਕਰਕੇ ਪਰ ਤੁਸੀਂ ਆਪਣੇ ਆਪ ਦੱਸ ਦੋ ਯਾਰ ਮੈਂ ਤਾਂ ਆਪਣੀ ਵੀ ਲਗਾਉਣਾ ਇਹ 25 ਨਹੀਂ ਮੇਰੀ ਗੱਲ ਸੁਣੋ ਭਾਈ ਇਹ 25 ਸਾਲ ਲੋਕਾਂ ਨੂੰ ਦੱਸਦਾ 70 ਵਾਰੀ ਤੇ ਇਹਨੇ ਪੈਨਸ਼ਨ ਚੱਕ ਲਈ ਆਪਣੇ ਇੰਡੀਆ ਦੀ ਟੀਮ ਚੋਂ ਸਰਦਾਰ ਮੁੰਡਾ ਕੀ ਉਹ ਜਿੱਦਾਂ ਉਹ ਗਿਆਨੀ ਛਾਲ ਮਾਰ ਕੇ ਕੈਚ ਨੀ ਕਰਦਾ ਲਾਗੀਆਂ ਨੂੰ ਵੜ ਲਿਆ ਹਾਥੇ ਕਰਨ ਲੱਗਾ ਜਾਨ ਫੜਾ ਤੇ ਪਰ ਦਿੱਕਤ ਇਹ ਆ ਇਹ ਅਸੀਂ ਪਰਸ ਨੂੰ ਹੁਣ ਜਿੰਦਾ ਲਵਾਉਣਾ ਪੈਸੇ ਨਿਕਲਦੇ ਚੋਂ ਗੁੱਚੀ ਦਾ ਫੜ ਗਿਆ ਕਿਸੇ ਨੇ ਖਿੱਚ ਦਿੱਤਾ ਸੀ ਬੜੇ ਨਵੇਂ ਲਿਆਂਦੇ ਮਾਂ ਘੁੰਮਾਂਗੇ
ਅੰਗਰੇਜ਼ੀ ਵਾ ਬੋਲਦਾ ਤੇ ਮਨੀ ਕਹਿੰਦਾ ਸਾਨੂੰ ਵੀ ਸਿਖਾਓ ਅੰਗਰੇਜ਼ੀ ਤੂੰ ਕਹਿੰਦਾ ਮੈਂ ਕਿਹਾ ਪਹਿਲੀਆਂ ਮੇਰੀਆਂ 8 ਤੇਰੀਆਂ ਹੁੰਦੀਆਂ ਬੀਏ ਪੁੱਤ ਨਾਲ ਹੋਣੀ ਇੱਕ ਤਾਂ ਉਹਨੇ ਅੰਗਰੇਜ਼ੀ ਪਹਿਲੀਆਂ ਹੀ ਸਿੱਖੀ ਆ ਹੈ ਓਏ ਅੰਗਰੇਜ਼ੀ ਪਹਿਲੀਆਂ ਹੀ ਸਿੱਖੀ ਆ ਹੈ ਮਹਾਤਮਾ ਗਾਂਧੀ ਨਾਲ ਕੋਲੈਬੋਰੇਸ਼ਨ ਕਰਦਾ ਸੀ ਪੇਪਰਾਂ 'ਚ ਉਹਨਾਂ ਕੋਲੈਬੋਰੇਸ਼ਨ ਕਰਦਾ ਸੀ ਇਹ ਜ਼ਿਆਦਾ ਪੜ੍ਹ ਕੇ ਹੱਥ ਦੇ ਬਚਿਆ ਹੁਣ ਤੱਕ ਉਹ ਵਿਚਾਰੇ ਧੋਖਾ ਖਾ ਬੈਠੇ ਤਾਂ ਕੰਮ ਹੋ ਗਿਆ ਤੇ ਇਹ ਜ਼ਿਆਦਾ ਹਜ਼ਾਰ ਸੀ ਇਹ ਸਾਲਾ ਉਹਨਾਂ ਦਾ ਗੋਰਿਆਂ ਦਾ ਟੱਟੂ ਬਣ ਗਿਆ ਸੀ ਉਦੋਂ ਬਾਅਦ ਇੱਥੇ ਇਹਨੂੰ ਮਿਲੇ ਗਾਂਧੀ ਗਾਂਧੀ ਵੀ ਤਾਂ ਉਹਨਾਂ ਦਾ ਹੀ ਉਹਨਾਂ ਦਾ ਸੀਗਾ ਇਹ ਨਹੀਂ ਜੁਗਲੀਆਂ ਕਰ ਉਹਨੇ ਭੜਕੇ ਕਰਾਤਾ ਇਹਨੇ ਜੁਗਲੀਆਂ ਕਰ ਗਾਂਧੀ ਬਾਹਰ ਕਰਾਤਾ ਇਹ ਗੇਮ ਚ ਗਾਂਧੀ ਦਾ ਡੰਡਾ ਗਾਂਧੀ ਜੀ ਦਾ ਡੰਡਾ ਮੈਂ ਉਹਨਾਂ ਦਾ ਗਾਂਧੀ ਜੀ ਗਾਂਧੀ ਜੀ ਗਾਂਧੀ ਗੱਲਾਂ ਕਹਿਤਾ ਸੌਰੀ ਗਾਂਧੀ ਗਾਂਧੀ ਦਾ ਡੰਡਾ ਮੈਂ ਉਹਨਾਂ ਨਾਲ ਗਿਆ ਗਾਂਧੀ ਨੂੰ ਜੀ ਇੱਕ ਜੀ ਦੇ ਨਾਲ ਵੀ ਦੋ ਜੀਆਂ ਲਾਉਂਦਾ ਦੋ ਜੀਆਂ ਲਾਉਂਦਾ ਜੀ ਗਾਂਧੀ ਜੀ ਪੜ੍ਹਿਆ ਲਿਖਿਆ ਦੀ ਹੋ ਸਕਦੀ ਤੇ ਫਿਰ ਹੋਰਾਂ ਨੂੰ ਵੀ ਜੀ ਲਾਓ ਜਿਹੜੇ ਵਿਚਾਰੇ ਐਡੇ ਐਡੇ ਸ਼ਹੀਦ ਹੋ ਗਏ ਜਾਂ ਹੋਰ ਆਪਣੇ ਨਾ ਹੈਗੇ ਆ ਕੋਈ ਲੈਜੈਂਡ ਬੰਦੇ ਆ ਉਹਨਾਂ ਦਾ ਤੂੰ ਪੁੱਠਾ ਨਾਂ ਲੈ ਕੇ ਸੱਦਦਾ ਕਿਹਨਾਂ ਦਾ ਨਹੀਂ ਜੇ ਸਾਡਾ ਇਹਦੇ ਚਪੇੜਾ ਵੱਜੂਗੀ ਲੈ ਭੋਮੇ ਕਿੱਦਾਂ ਬੋਲ ਰਿਹਾ ਉਹ ਨਹੀਂ ਓਏ ਤੇਰੇ ਚਾਚੀ ਓਏ ਤੇਰੇ ਚਾਚੇ ਦੀ ਉਮਰ ਦਾ ਸਾਲਿਆ ਚਾਚੇ ਦੀ ਕਿਉਂ ਡੈਡੀ ਵੀ ਮੇਰਾ ਇੱਦਾਂ ਹੀ ਕਹਿੰਦਾ ਕਹਿੰਦਾ ਉਹਨੂੰ ਪੂਰਾ ਹੋ ਗਿਆ ਮੇਰੇ ਚਾਚੇ ਦੀ ਉਮਰ ਦਾ ਤਾਂ ਹੋਰ ਇਹ ਸਾਲਾ ਏਜ ਪ੍ਰੂਫ ਆ ਇਹ ਚ ਉਮਰ ਨਹੀਂ ਚੱਲਦੀ ਇਹ ਸਿੱਲਾਂ ਤੇ ਆ ਤੇ ਪਰ ਤੂੰ ਉਦੋਂ ਵੱਡਾ ਤਾਂ ਤੂੰ ਮੈਨੂੰ ਉਦੋਂ ਵੱਡਾ ਲੱਗਦਾ ਮੈਂ ਲੱਗਣਾ ਹੀ ਆ ਭਾਜੀ ਮੈਂ ਦਾੜੀ ਕਟਾਉਣਾ ਨਹੀਂ ਇਹ ਤਾਂ ਹੁੰਦੀ ਹੈ ਸ਼ੇਵਟੀ ਇਹਦੇ ਪਰਸ 'ਚ ਆ ਦੇ ਗਲਤ ਗੱਲ ਤੇਰੇ ਵੀ ਪਾਉਣੇ ਨੂੰ ਖੜੇ ਕਰੀਏ ਤਾਂ ਖੋਲ ਕੇ ਦਿੱਤੀ ਮੈਂ ਨੀ ਬੋਲੀ ਮੈਂ ਤਾਂ ਹੱਥ ਫੇਰਾ ਉਹਨੇ ਦੱਸਿਆ ਕਿ ਟੋਪੀ ਇਹ ਟੋਪੀ ਭੋਮੇ ਦੀ ਹੈ ਇਹ ਭੋਮੇ ਦਾ ਨਾਂ ਲਿਖਿਆ ਕਿਤੇ ਪੀ ਕਿੱਥੇ ਆ ਯਾਰ ਮਨੀ ਇਹ ਗੱਲ ਕਰ ਵੱਡਿਆਂ ਦੀ ਇੱਜ਼ਤ ਕਰਨੀ ਸਿੱਖ ਭਾਈ ਆਹ ਸਿਆਣਪ ਵਾਲੀਆਂ ਗੱਲਾਂ ਤੁਸੀਂ ਇਹਨੂੰ ਫੇ ਹੀਰੋ ਬਣਾਈ ਜਾਂਦੇ ਯਾਰ ਮੈਨੂੰ ਹਰੇਕ ਇਹਨਾਂ ਨੇ ਨਾ ਫਿਲਮ ਦੇ ਵਿੱਚ ਵਿਲਨ ਹੀ ਬਣਾਤਾ ਜਾਂ ਕਿਤੇ ਮੈਨੂੰ ਭੱਲਾ ਬਣਾਉਂਦੇ ਆ ਜਾਂ ਪਿਕਚਰ ਕਰਦਾ ਹੀਰੋ ਮੁੱਚਾ ਪਰ ਚਪਲਾੜ ਦਾ ਮੂੰਹ ਆ ਹੀਰੋ ਸਾਸਤੀਆਂ ਫਿਲਮਾਂ ਵਾਲਾ ਭਾਜੀ ਇਹ ਪਤਾ ਕਿਹੜੀਆਂ ਫਿਲਮਾਂ ਦਾ ਹੀਰੋ ਆ ਉਹ ਜਿਹੜੀਆਂ ਫੇਸਬੁੱਕ ਤੇ ਵਾਇਰਲ ਨਹੀਂ ਹੁੰਦੀਆਂ ਉਹ ਕੁੜੀ ਭੱਜੀ ਆਉਂਦੀ ਦਿਲ ਛੁੱਟ ਜਾਂਦਾ ਸਿੱਧੇ ਹਸਪੀਟਲ ਦੇ ਢਿੱਡ 'ਚ ਹੀਰੋ ਆ ਗੋਲੀ ਵੱਜਦੀ ਗੋਲੀ ਹੌਲੀ ਹੌਲੀ ਆਉਂਦੀ ਆ ਉਹ ਫਿਲਮ ਵਾਲਾ ਹੀਰੋ ਆ ਭਿਉਂਦਾ ਪਹਿਲਾਂ ਭੱਜਾ ਆਉਂਦਾ ਸਾਈਕਲ ਭਿਉਂਦਾ ਸਾਈਕਲ ਤੇਜ਼ ਹੋ ਕੇ ਚੈਨ ਲੈ ਗਈ ਫਿਰ ਉੱਤਰ ਦੱਸ ਦੋ ਤਰੀ ਧੋਤੀ ਫਸ ਕੇ ਪਾੜ ਪੂੜ ਕੇ ਗੋਲੀ ਫਲ ਲੈਂਦਾ ਹੱਥ ਤੇ ਗੋਲੀ ਪਿੰਗੀ ਉਹ ਫਿਲਮਾਂ ਦਾ ਹੀਰੋ ਆ ਇਹਨੂੰ ਤਾਮੇ ਲਾੜੇ ਲੈ ਲਓਗੇ ਏਦਾਂ ਦਾ ਉਹ ਸਕਰੈਪ ਮਾਲ ਵੀ ਨਹੀਂ ਲੈਂਦੇ ਖਾਈ ਲੈਂਦਾ ਯੋ ਕਰਦੇ ਨਹੀਂ ਕਰਨੀ ਖਾਂਦਾ ਨੀ
ਚੰਗੇ ਬੰਦੇ ਨੂੰ ਪਾ ਜੀ ਕਾਹਦਾ ਜੀ ਅੱਛਾ ਜਿੰਨੇ ਵੀ ਵਿਊਵਰ ਭਰਾ ਮੈਂ ਤਾਂ ਇਹਨਾਂ ਹਾਸੇ ਗੇੜੇ ਕਰਦਾ ਪਰ ਹੈਗਾ ਇਹ ਪੂਰਾ ਤੁਹਾਨੂੰ ਵੀ ਪਤਾ ਤੁਸੀਂ ਆਪ ਖੁਦ ਕੀਤਾ ਆਪਣਾ ਕਮੈਂਟਾਂ ਦੇ ਵਿੱਚ ਰਾਜ ਕਪੂਰ ਕਿਹੜਾ ਸੀ ਉਹ ਸ਼ਸ਼ੀ ਕਪੂਰ ਦਾ ਡੈਡੀ ਬੋਨੀ ਕਪੂਰ ਨੇ ਆਪਵਾੜੇ ਤੱਕ ਆਪ ਛੱਡ ਕੇ ਗਏ ਬੰਬੇ ਉਹ ਕਹਿੰਦੇ ਜਾ ਸਾਲਿਆ ਪਹਿਲਾਂ ਤਾਂ ਕਹਿੰਦੇ ਇੰਗਲਿਸ਼ ਕਹਿੰਦੇ ਇੰਗਲਿਸ਼ ਬੋਲੀ ਜਾਂਦਾ ਸਾਲਿਆ ਪੰਜਾਬੀ ਤਾਂ ਸਿੱਖ ਲਾ ਹਵੇਲੀ ਤੱਕ ਆਉਂਦੇ ਆ ਤੇ ਜੀ ਲੱਗ ਜਾਂਦੀ ਆ ਬਾਅਦ ਚ ਫੋਲੜੀ ਵਾਲ ਤੱਕ ਜੀ ਬੋਲਦਾ ਵਾਪਸ ਫੇਰ ਹਵੇਲੀ ਤੋਂ ਆਉਂਦਾ ਰੇਂਜ ਟੁੱਟ ਜਾਂਦੀ ਜੀ ਪਿੱਛੇ ਰਹਿ ਜਾਂਦੀ ਬੋਨੀ ਕਪੂਰ ਨੇ ਹੱਥ ਜੋੜ ਕੇ ਸੱਚੀ ਛੱਡ ਗਿਆ ਮਨੀ ਦੀ ਭੂਆ ਦੇ ਸੱਸ ਦਾ ਦੇਹਾਂਤ ਹੋ ਗਿਆ ਅੱਜ ਹੋ ਗਿਆ ਉੱਥੇ ਆਏ ਆ ਤੂੰ ਕੀ ਕਹਿੰਦਾ ਅੱਖਾਂ ਭਰ ਹੋਈਆਂ ਪਈਆਂ ਕਿਸੇ ਦੇ ਗੱਲ ਆ ਕੇ ਵੀ ਨੀ ਕਿਹਾ ਇਹਨੇ ਮਾੜਾ ਚਾਹ ਆ ਗਈ ਆ ਚਾਹ ਪੀ ਰਹੇ ਸੀਗੇ ਅਤੇ ਆਏ ਹਾਂ ਮਨੀ ਕੇ ਭੂਆ ਉਹਨਾਂ ਦੀ ਸੱਸ ਜਿੱਦਾਂ ਕਿ ਪੂਰੇ ਹੋਏ ਦੱਸਿਆ ਭੈਣਾਂ ਬੇਟੀਆਂ ਆ ਅਤੇ ਮੈਂ ਉਹ ਉਹਨਾਂ ਨੂੰ ਮੈਂ ਕਿਹਾ ਨਾ ਕੁੰਡਾ ਲਾ ਕੇ ਚੱਲ ਜਾਓ ਇਹੀ ਚਾਬੀ ਲੈ ਆਉਂਦੇ ਹਾਂ ਉਹਨਾਂ ਨੇ ਮਨੀ ਦੇ ਕਾਰਨਾਮੇ ਪਹਿਲੇ ਚੇਤੇ ਆ ਉਹਨਾਂ ਨੂੰ ਹਾਲੇ ਤੱਕ ਕਿ ਇਹਨੇ ਤਾਂ ਸਾਲਿਆਂ ਨੇ ਘਰੇ ਫਰਿੱਜ ਤੱਕ ਨਹੀਂ ਛੱਡੀ ਅਤੇ ਥੋੜ੍ਹੇ ਚਿਰ ਲਈ ਕੁੰਡਾ ਲੱਗਿਆ ਸਾਲਿਆਂ ਡਰਾਈਵਰ ਭਰ ਕੇ ਨੱਲਿਆ ਜੀ ਦੋ ਮਿੰਟ ਮਾਤਾ ਜੀ ਇਹਨੂੰ ਗੁੜਤੀ ਕਿਹਦੀ ਦਿੱਤੀ ਸੀਗੀ ਕਿਹਨੇ ਦਿੱਤੀ ਸੱਚ ਮਨੀ ਉਹ ਵੀ ਬਹੁਤ ਬੋਲਦੇ ਆ ਅੱਛਾ ਪਰ ਇਹ ਤਾਂ ਬਹੁਤ ਬੋਲ ਕਿੰਨੀ ਉਮਰ ਸੀਗੀ ਜਦੋਂ ਮੁੱਕ ਗਈ ਬਹੁਤ ਘੱਟ ਉਮਰ ਸੀ ਅੱਜ ਕੱਲ੍ਹ ਦੇਖ ਲੈ 29 ਸਾਲ ਹਾਂ ਕਹਿਣ ਡਿਆ ਉੱਥੇ ਮਰ ਗਈ ਉਹ ਜਾਣ ਡਿਆ ਮਨੀ ਜਾਣ ਡਿਆ ਆਹ ਸਾਲਾ ਮੁਹਰੇ ਕਹਿੰਦਾ ਕਹਿੰਦਾ ਸਾਨੂੰ ਦੱਸਤਾ ਦੇ ਭੂਆ ਕੌਣ ਆ ਮੈਂ ਗਲ ਲੱਗ ਕੇ ਰੋਣਾ ਉਮਰ 65 ਤਾਂ ਵੈਸੇ ਕੁਛ ਨੀ ਹੁੰਦੀ ਯਾਰ ਹਨਾ ਉਮਰਾਂ ਅੱਜ ਕੱਲ ਹੈ ਨੀ ਯਾਰ ਤੂੰ ਮੈਂ ਤੈਨੂੰ ਮਨੀ ਜਦੋਂ ਉਹ ਭੂਆ ਟੱਕਰੂਗੀ ਨਾ ਉਦੋਂ ਤੂੰ ਪਤਾ ਕੀ ਕਰੀ ਇੱਧਰ ਨੂੰ ਰਹਿ ਉਦੋਂ ਪਤਾ ਕੀ ਕਰੀ ਉਦੋਂ ਇਹਨੂੰ ਨਾਲ ਕਰਾ ਕੇ ਨਾ ਇਹਨੂੰ ਕਹਿ ਰੋਲਾ ਜਿੰਨਾ ਰੋਣਾ ਰੋਲਾ
ਇਹ ਕਹਿ ਦੀ ਵੀ ਪਿੱਛੇ ਤੂੰ ਕਹਿ ਦੇ ਇਹ ਅਫਸੋਸ ਹੈ ਮੈਂ ਕਿਹਦਾ ਹੁਣ ਗੱਲ ਲਾ ਕੇ ਕਿਸੇ ਆਪਣੇ ਟੱਬਰ ਦੇ ਸਾਹਮਣੇ ਕਰੀ ਜਾ ਕੇ ਭਲੇਖੇ ਨੂੰ ਨਹੀਂ ਇਹ ਤਾਂ ਸਾਹਮਣੇ ਮੰਮੀ ਉਹ ਮਾਮਾ ਆਪਣਾ ਚੰਗਾ ਸੀ ਜਿੱਤ ਨਹੀਂ ਲੈ ਕੇ ਇਦਾਂ ਸਾਲੇ ਮਾਰ ਕੇ ਤੇ ਇੰਟਰੋ ਆਏ ਵੇ ਇਹ ਕਹਿੰਦਾ ਇਦਾਂ ਕਰਨਾ ਜਾ ਕੇ ਸਾਲੇ ਇਦਾਂ ਕਹਿੰਦਾ ਸਾੜ ਹੋ ਜਾ ਨੰਦੂ ਨੂੰ ਕਹਿੰਦਾ ਤੂੰ ਵੀ ਕੈਪ ਲੈ ਲਈ ਸਿਰ ਤੇ ਉਹ ਤੁਸੀਂ ਕਹਿੰਦਾ ਪੁੱਛਦਾ ਨਹੀਂ ਮੈਂ ਪੁੱਛਦਾ ਨਹੀਂ ਮੈਂ ਇੰਨਾ ਪੁੱਛਦਾ ਕਿਦਾਂ ਕਹਿੰਦਾ ਤੂੰ ਇਦਾਂ ਕਿ ਚਲੇ ਇਦਾਂ ਕੋਈ ਨਹੀਂ ਤੇਰੇ ਕਹਿੰਦਾ ਕਰਦੇ ਨਹੀਂ ਕੋਈ ਮਰੂਗਾ ਹੀ ਗੁਰੂ ਘਰੇ ਪ੍ਰੋਗਰਾਮ ਖਤਮ ਵੀ ਹੋ ਗਿਆ ਇਹੀ ਹੋਣਾ ਹੈ ਟਾਈਮ ਕਿੰਨਾ ਹੋਇਆ ਦੇਖੀ ਤਾਂ 3 ਵਜੇ ਲਿਆਇਆ ਮਨੀ ਕਿ ਭੋਗ ਤੇ ਜਾਣ ਸਵੇਰੇ ਕਈ ਵਾਰ ਜਲਦੀ ਉੱਠਣਾ ਚਾਹੀਦਾ ਪਾ ਮਨੀ ਤੈਨੂੰ ਹੌਲੀ ਹੌਲੀ ਚਲਾਇਓ ਵੈ ਭੂਆ ਮੰਮੀ ਮੇਰੀ ਨੂੰ ਲਾ ਕੇ ਫੇਰ ਭਾਵੇਂ ਤੇਜ਼ ਚਲਾ ਆਹ ਕਿਹੜੀ ਗੱਲ ਹੈ ਯਾਰ ਯਾਰ ਮਾਤਾ ਜਿੱਦਾਂ ਮਤਲਬ ਮਨੀ ਮਾਤਾ ਦੀ ਪੂਰੀ ਟੌਹਰ ਆ ਲਾਲਾ ਹੈਨਾ ਤੇ ਐਨ ਮਤਲਬ ਤੂੰ ਕਹਦੇ ਤੂੰ ਤਾਂ ਗੰਦ ਜਿਹਾ ਲੱਗਦਾ ਨਹੀਂ ਵੈਸੇ ਆ ਉਹ ਢਿੱਡੋ ਹੀ ਹੋ ਗਿਆ ਲੱਗਦਾ ਤਾਂ ਸੋਹਣੇ ਆ ਦੇਖੋ ਦੇਖੋ ਇੰਨਾ ਬੁੱਲ ਗਿਆ ਇੰਨੀ ਇੰਨੀ ਟੌਹਰ ਮਾਤਾ ਦੀ ਤੂੰ ਕਹਦੇ ਇਦਾਂ ਮਤਲਬ ਇਦਾਂ ਦਾ ਸਾਰਿਆਂ ਵਿੱਚ ਤੁਰੇ ਫਿਰਦੇ ਅਲੱਗ ਜਿਹਾ ਲੱਗਦਾ ਕਿਹੜਾ ਵੀ ਪਿੰਡੇ ਨੂੰ ਗੋਹਾ ਲੰਮੇ ਚ ਗਿਆ ਮੈਂ ਵੀ ਸਾਫ ਹੀ ਆ ਲੱਗਦਾ ਚੋਰ ਜਿਹਾ ਆ ਮਾਤਾ ਸਾਰਿਆਂ ਵਿੱਚ ਅਲੱਗ ਹਨ ਪਰਿਵਾਰਕ ਮੈਂਬਰ ਕਾਹਨੂੰ ਭੌਂਕੀ ਜਾਂਦਾ ਤੇਰੇ ਨਾਲ ਦੇ ਅਸੀਂ ਆ ਉਹਨੇ ਭੋਮੇ ਨਾਲ ਗੱਲ ਕਰਨੀ ਉਹਨੂੰ ਤੇਰੀ ਉਹ ਚੋਤੇ ਰਹਿੰਦੇ ਤੂੰ ਤਾਂ ਰਾਤ ਤੈਨੂੰ ਨੀ ਮੈਂ ਆਹ ਦੇਖੋ ਟੌਰ ਦੇਖੋ ਭੈਣ ਖੜੀ ਦੇਖਣ ਡਈ ਆ ਮੈਂ ਓਏ ਅਕਲ ਦੇਖ ਭੈਣ ਦੇਖਣ ਡਈ ਆ ਮੋਰੇ ਕੱਢ ਗਿਆ ਕੂਲੇ ਪਾਏ ਪੁੜੀ ਖੜਿਆ ਇਹ ਕਰ ਲੈਣਗੇ ਚਲੋ ਪਛਾਣ ਲਿਆ ਤੈਨੂੰ ਚੱਕ ਲੈਣਾ ਵੀ ਆ ਮੇਰੇ ਨਾਲ ਦੇ ਕੱਪੜੇ ਕਿਉਂ ਪਾ ਕੇ ਲਿਆ ਚੱਕ ਕੇ ਲੈ ਕੇ ਗਏ ਉੱਥੇ ਕੋਈ ਭੂਆ ਹੋਣੀ ਬੈਠੇ ਸੀਗੇ ਨਾਲ ਬੈਠੀਆਂ ਸੀ ਭੈਣਾਂ ਤੇ ਉਹ ਜਾਂਦੇ ਨਹੀਂ ਸੀ ਘਰੋਂ ਇਹ ਕਿ ਬਾਹਰ ਚਲ ਜਾਓ ਮਨੀ ਵੱਲ ਦੇਖੀ ਜਾਂਦੇ ਮੈਂ ਉਹਨਾਂ ਨੂੰ ਫਿਰ ਕਿਹਾ ਮੈਂ ਭੂਆ ਚਲ ਜਾਓ ਕੋਈ ਨਾ ਤੁਸੀਂ ਪੁੱਤ ਬਾਹਰ ਬੈਠੋ ਪੁੱਤ ਨਿਆਣੇ ਨੂੰ ਕਿਹਾ ਬਾਹਰ ਬੈਠੋ ਅੱਜ ਨਹੀਂ ਕੁਛ ਚੱਕਣ ਦਿੰਦਾ ਮੈਂ ਹੁਣ ਮਨੀ ਮੇਰੀ ਇੱਜ਼ਤ ਰੱਖਣੀ ਸਾਲਾ ਕੋਈ ਸਮਾਨ ਖਿਲਾ ਇੱਧਰ ਉੱਧਰ ਨਾ ਹੋਵੇ ਚੰਗਾ ਜਿੰਦਾ ਲਾ ਕਹਿੰਦੇ ਜਿੰਦਾ ਲਾ ਕੇ ਜਾਣਾ ਤੇਰਾ ਵੀ ਬੈਗ ਫੋਲ ਕੇ ਬਾੜਨਾ ਗੱਡੀ 'ਚ ਕਹਿੰਦੇ ਜਿੰਦਾ ਇਹਦੇ ਕੀ ਪਤਾ ਰਹਿਤੇ ਵਾਲਾ ਡੋਂਗਾ ਪਾਲੇ ਹੋਵੇ ਵਿੱਚ ਰਹਿਤੇ ਵਾਲਾ ਡੋਂਗਾ ਮੁੜੇ ਨੰਦੂ ਆ ਜਾ ਮੇਰੇ ਭਰਾ ਬੋਮੇ ਓਏ 2 ਮਿੰਟ ਤੂੰ ਜੇਬ ਚੈੱਕ ਕਰਾ ਮੈਂ ਸਾਰੇ ਬਿਲ ਹੋ ਜਾ ਰੱਖੀ ਕੋ ਚੰਗੇ ਰੋਕੇ ਤਾਂ ਨਹੀਂ ਨਾ ਹੈਲੋ ਤੂੰ ਵੀ ਬੈਗ ਚੈੱਕ ਕਰਾ ਇੱਧਰ ਤੂੰ ਰਹਿਣ ਦੇ ਉਹ ਲੌਕ ਕਿੱਦਾਂ ਕਰਨਾ ਉੱਪਰੋਂ ਕੁੰਡੀ ਵੀ ਹੁੰਦੀ ਬਹੁਤ ਇੱਦਾਂ ਹੀ ਤੁਰਨ ਲੱਗੀ ਤੜਫੀ ਜਾਣਾ ਟਾਕੀ ਕਹਦੇ ਸ਼ੀਸ਼ਾ ਨੀ ਕਹਿ ਸਕਦੇ ਟਰੱਕ ਨੂੰ ਆਪ ਸਤਿ ਸ੍ਰੀ ਅਕਾਲ ਕਹਿਣ ਜਾਂਦਾ ਨੰਦੂ ਸਤਿ ਸ੍ਰੀ ਅਕਾਲ ਭਾਜੀ ਪਿੱਛੇ ਹੋਏ ਆਈ
ਉਹ ਕਾਹਤੇ ਦੰਦੀਆਂ ਕਾਹਤੇ ਨਿਕਲਦੀਆਂ ਤੁਹਾਡੀਆਂ, ਮੈਨੂੰ ਸਮਝ ਨਹੀਂ ਆਈ ਯਾਰ। ਲੜੀ ਜਾਂਦੇ ਇੱਥੇ ਮਾਮੇ ਖੜੇ ਆ ਤੇ ਗੱਡੀ ਦੇ ਸ਼ੀਸ਼ੇ ਵੀ ਕਾਲੇ ਆਪਣੀ ਦੇ, ਤੇ ਉਹ ਵੀ ਦੂਜਾ ਨੰਬਰ ਪਲੇਟਾਂ ਵੀ ਆ, ਇਸ ਕਰਕੇ ਚਲ ਗਏ ਨੀ ਇੱਥੇ ਖੜੇ। ਜਿਪਸੀ ਖੜੀ ਨੀ ਨਾ, ਮੈਂ ਤਾਂ ਯਾਰ ਕੈਮਰਾ ਆਨ ਕਰਦਾ ਹੁੰਦਾ ਕਿ ਇਹਨਗੇ ਆਪਾਂ ਮਾੜਾ ਆਪਾਂ ਨੂੰ ਕੰਟੈਂਟ ਮਿਲ ਜੂ। ਮੈਂ ਲਗਾ ਹੈਗੇ ਆ ਦੇਖਣ ਹੀ ਨੀ ਡੇ ਹੋਰ ਮਾਰ ਕੇ ਸੱਦਣ ਡਿਆ ਗਿਆ ਤੈਨੂੰ ਚਲਾਣ ਕਰਦਾ ਸਾਡਾ ਚਲਾਣ ਕਰਦਾ ਬਲੌਗਰ ਆ ਬੰਦਾ ਨਾ ਏਦਾਂ ਕੰਟੈਂਟ ਲੱਭ ਲੈਂਦਾ ਕਿ ਹੋਰਨ ਮਾਰ ਮਾਰ ਕਹਿਣ ਡੇ ਕਿ ਰੋਕ ਲਓ ਨੰਬਰ ਪਲੇਟ ਵੀ ਸਾਡੀ ਦੂਜੀ ਆ ਤੇ ਸਾਡੇ ਕਾਲੇ ਸ਼ੀਸ਼ੇ ਆ ਹਨਾ। ਅੱਜ ਉਹਨਾਂ ਦਾ ਧਿਆਨ ਹੈ ਨੀ, ਹੁਣ ਬੋਲ ਲੋ ਕਾਹਦੇ ਲੜਦੇ ਬਈ। ਬਾਹਲ ਹੋ ਗਿਆ ਸਰ ਤੁਹਾਡੇ ਸਦਕੇ ਤੁਹਾਡੇ ਅਰਵਿੰਦ ਮੈਨੂੰ ਹੁਣ ਮੇਰਾ ਭਰਾ ਫਿਰ ਲੈ ਜਾਂਦਾ ਇਹ ਤੇਲ ਪਾਉਣ ਤੇ ਆ ਇਹਦੀ ਗੱਡੀ ਬਈ। ਮੈਂ ਕਹਿੰਦਾ ਚੱਕ ਕੇ ਹੋਰ ਜੀ ਇਕੱਠੀ ਕਰ ਗਿਆ ਮੈਂ ਜੀ ਆਟੋ ਕਰਾ ਲਈ ਜੀ ਆਟੋ ਕਰਾ ਲਈ 10,000 ਰੇ ਲੱਗਣਾ ਮਤਲਬ ਆਟੋਮੈਟਿਕ ਆਟੋਮੈਟਿਕ ਕੰਮ ਆਊਗੀ ਘਰ ਦੇ ਆਹ ਪਹਿਲਾਂ ਗੱਡੀ ਹੈ ਤਾਂ ਫਿਰ ਲੋੜਾ ਆ ਗਿਆ। ਨਹੀਂ ਨਹੀਂ ਮੇਰੀ ਗੱਲ ਸੁਣ ਗੱਲ ਇਹ ਹੈ ਅੰਦਰ ਗੱਡੀ ਵੜ ਲੱਗੇ ਨੇ ਪੱਥਰ ਤੋੜਦਾ ਤੇਰੀ ਡਰਾਈਵਰੀ ਤੇ ਸੱਦ ਕੇ ਜਾਈਏ। ਆ ਦੇ ਰੰਗ ਦੇਖੋ ਕਿੱਦਾਂ ਲੈ ਕੇ ਡਿਗਰੀ ਕਰਤੀ ਬੜੀ ਜ਼ੋਰ ਨਾਲ ਵੱਜੀ ਆ ਸਾਡਾ ਬਲੌਗ ਬਣਦੇ ਨੂੰ ਦੈਨ ਵੀ ਪਤਾ ਨੀ ਕਿੰਨੇ ਅੱਜ ਤੀਜਾ ਦਿਨ ਹੋ ਗਿਆ ਨਾ ਬਲੌਗ ਬਣਦੇ ਨੂੰ। ਉਹਨਾਂ ਨੇ ਫੇਰ ਉਹ ਲਗਾਉਣਾ ਹੋਰ ਘੁੰਮਾ ਜੀ ਬਸ ਇੱਕ ਗੱਲ ਤੂੰ ਬਹੁਤ ਮਾੜੀ ਕੀਤੀ ਕੱਲ ਆਪਾਂ ਅਫਸੋਸ ਤੇ ਗਏ। ਕੀ ਹੋਇਆ ਮਨੀ ਕੀ ਇਲਾਮਾ ਆਇਆ ਦੱਸਦੇ ਪੋ ਮੈਨੂੰ ਕੀ ਇਲਾਮਾ ਆਇਆ ਕੀ ਬੋਲਾਂ ਜੇ ਮੈਂ ਬੋਲਦਾ ਆ ਨਾ ਫੇਰ ਵੀ ਮੈਂ ਜੀਰੋ ਜੇ ਮੈਂ ਭਾਜੀ ਨਹੀਂ ਬੋਲਦਾ ਇਹ ਕੈਮਰਾ ਇਲਾਮਾ ਕੀ ਆਇਆ ਉਹਦਾ ਇਹੀ ਭਾਜੀ ਯਾਰ ਉੱਥੇ ਜਾ ਕੇ ਮਰਗ ਦਾ ਭੋਗਾ ਇੰਨਾ ਤਾਂ ਦੇਖਣ ਆਪਾਂ ਗੱਡੀ ਚ ਜੋ ਮਰਜ਼ੀ ਕਰੀਏ ਉਹ ਤਾਂ ਬਾਅਦ ਦੀ ਗੱਲ ਸੀਗੀ ਨਾ ਇਹ ਉੱਥੇ ਜਾ ਕੇ ਇਹਨੇ ਮੇਰਾ ਉਹ ਜਲੂਸ ਕਢਾਇਆ ਨਾ ਭਾਜੀ ਇਲਾਮਾ ਕਿਹਦਾ ਆਇਆ ਮੈਨੂੰ ਇਹ ਦੱਸ ਦੇ ਕਰ ਹੋਰ ਸਰਦਾਰ ਜੀ ਕਿੱਦਾਂ ਹਾਲ ਚਾਲ ਹੋਰ ਦੇਖੋ ਪਹਿਲਾਂ ਤਾਂ ਸਵਾਗਤ ਕਰ ਦੋ ਚਲੋ ਚਲੋ ਚਲੋ
ਆ ਗੱਡੀ ਸਾਈਡ ਤੇ ਲਾ ਦਿੰਦੇ ਭੋਮਾ ਹੀ ਆ ਗੱਡੀ ਕਿਤੇ ਬਾੜ ਦਿੰਦੇ ਕਿਦਾਂ ਬੰਦੇ ਜਾ ਹਾਂਜੀ ਠੀਕ ਆ ਪੁੱਤ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਠੀਕ ਠੀਕ ਹਾਂਜੀ ਜਾਣ ਲਿਆ ਓਹਨੂੰ ਚਲੋ ਠੀਕ ਹੈ ਜੀ ਚਲੋ ਸਤਿ ਸ਼੍ਰੀ ਅਕਾਲ ਆ ਜਾਓ ਚੱਲੀਏ ਆਪਾਂ ਵੀ ਚਲੋ ਚੁੱਪ ਰਹੋ ਗਾਂ ਨੂੰ ਤੁਰੀਏ ਖਾਣ ਹੋਰ ਵੀਰੇ ਸਤਿ ਸ਼੍ਰੀ ਅਕਾਲ ਜੀ ਹੋਰ ਕਿਦਾਂ ਸਿਹਤ ਤਾਂ ਠੀਕ ਹੈ ਜੀ ਸੇਵਾ ਕਰੀਏ ਕੋਈ ਐਤਵਾਰ ਨੂੰ ਆਉਣਾ ਆਉਂਗਾ ਜੀ ਆਉਂਗਾ ਜ਼ਰੂਰ ਆਉਂਗਾ ਨਹੀਂ ਸਾਰੇ ਆਉਣਾ ਪੱਕਾ ਰਹਿ ਗਿਆ ਜੀ ਭਰਾਵਾ ਉਹ ਵੀ ਸਿੱਧੀ ਚਲਾਉਣ ਵਾਲਾ ਸੈਂਡੀ ਵੀ ਉਹ ਇਕੱਠੇ ਬਹਿ ਜਾ ਸਿੱਧੀ ਚਲਾਉਣ ਵਾਲੇ ਤੇ ਉਹ ਕੱਲ ਨਾਲੇ ਹੁਣ ਕੱਲ ਜਦੋਂ ਆਹ ਚਲਾਉਂਦਾ ਮਨੀ ਮਨੀ ਨੇ ਤਾਂ ਬਾਲੇ ਵਾਲਾ ਦਾ ਦੇ ਉਹਦੀ ਚਾਬੀ ਕਿੱਥੇ ਕਹਿੰਦਾ ਪ੍ਰਕਾਸ਼ਨ ਕਲੱਚ ਦੱਬ ਬਟਨ ਦੱਬਦੇ ਬਟਨ ਦਾ ਬਟਨ ਤੋਂ ਸਟਾਰਟ ਹਾਂ ਸੈਂਡੀ ਲੱਸੀ ਨਾ ਕਰਾ ਦੀ ਹੁਣ ਇੱਜਤ ਇੱਜਤ ਦਾ ਸੰਭਾਲ ਸਾਲਾ ਬਟਨ ਉਹ ਤੋਂ ਸਟਾਰਟ ਕਰਨ ਡਿਆ ਉਹਦੇ ਕਲੱਚ ਦੱਬ ਕਲੱਚ ਦੱਬ ਪਹਿਲਾਂ ਚੱਲ ਮਾਰ ਸਰ ਪਰੇ ਹੋ ਜਾਣ ਚੱਲ ਬੈਕ ਕਰ ਲਾ ਪਹਿਲਾਂ ਨਹੀਂ ਉਹ ਮੈਨੂੰ ਨੀ ਲੱਗਦਾ ਬੈਕ ਕਰ ਲੂਗਾ ਓਏ ਰੇਸ ਜੇ ਨੀ ਦਿੱਤੀ ਹੈਂਡ ਬ੍ਰੇਕ ਡਿਸਕ ਬ੍ਰੇਕ ਦਿਆ ਹੈਂਡ ਬ੍ਰੇਕ ਓਏ ਮੂਹਰੇ ਰੁੜ ਜਾਣੀ ਧਿਆਨ ਨਾ ਮਜ਼ਾਕ ਨਾ ਮਜ਼ਾਕ ਰਿਹਾ ਮਾੜੀ ਮਾੜੀ ਪੋਲੀ ਪੋਲੀ ਜਾਣ ਦੇ ਬਸ ਘੁਮਾ ਦੇ ਘੱਟ ਹੋ ਜਾਣੀ ਆਉਂਦੇ ਪਹਿਲੇ ਚ ਪਾ ਕੇ ਉਹ ਤੇਰੀ ਕਿੱਧਰ ਨੂੰ ਚੱਲਾ ਸੈਂਡੀ ਰੇਸ ਹੀ ਰੇਸ ਔਰ ਬਾਹਲੀ ਹੌਲੀ ਕਰਤੀ ਹੁਣ ਜੇ ਕਹਿ ਤਾਂ ਕੱਟ ਲਈ ਵੀ ਕੱਟ ਲਈ ਹੋਏ ਹੋਏ ਓਏ ਹੋਏ ਜ਼ੋਰ ਲਾ ਤਾ ਪੂਰਾ ਉਹ ਭੋਮੇ ਦੀ ਗੱਡੀ ਦੇ ਪਿੱਛੇ ਕਿਸੇ ਨੇ ਲਿਖਿਆ ਵੀ ਅਡੋਨ ਤੀਜਾ ਗੇਰ ਆ ਨਾ ਹਾਂ ਤਾਂ ਹੀ ਉਹ ਹੌਲੀ ਜੀ ਲੈ ਵੀ ਦੱਬਤੀ ਰੇਸ ਸਾਰੀ ਮੋਹਰੇ ਖੜੇ ਟੋਰ ਨਾ ਸਾਰੇ ਹੋਰ ਨਾ ਕਿਤੇ ਸੈਂਡੀ ਜਾਂਦਾ ਹੀ ਲੱਤ ਲੁੱਤ ਕੇ ਇਹਦੀ ਪਚਕਾ ਦੇਵੇ ਗੱਡੀ ਬੈਕ ਕਰ ਕਹਿੰਦਾ ਏਦਾਂ ਕਰ ਤੂੰ ਬੈਕ ਕਰ ਸਕਦਾ ਕਰ ਲਾ ਮੇਰਾ ਸਿੱਧੀ ਚਲਾਉਣ ਵਾਲਾ ਬਾਅਦ ਚ ਇਹਨੇ ਪਰੇ ਤਾਂ ਨੀ ਕੀਤੀ ਉਹਦੀ ਰੇਹੜੀ ਪਿੰਗੀ ਕਿੱਦਾਂ ਕਿੱਦਾਂ ਚਲੋ ਗੱਡੀ ਭੱਜੀ ਗੱਡੀ ਭੱਜੀ ਰੋਕ ਜਾ ਨੰਦੂ ਹੋ ਗਿਆ ਮਾੜਾ ਸਿੱਧੀ ਕਰ ਲੋ ਲੈਣ ਇਹ ਜ਼ਿਆਦਾ ਰਗੜੀ ਜਾਣੀ ਨਹੀਂ ਹਲੇ ਹੈਗਾ ਹੈਗਾ ਘੱਟ ਹੈਗਾ ਹੈਗੀ ਜਗ੍ਹਾ ਪਹਿਲਾਂ ਸਿੱਧੇ ਕਰ ਸੈਂਡੀ
ਥੋੜੇ ਸਿੱਧੇ ਕਰ ਰੈਂਟ ਤੇ ਜਾ ਕੇ ਪੂਰੇ। ਹਾਂ ਹੌਲੀ ਦਿਨ ਜਾਣਦੇ, ਹੌਲੀ ਦਿਨ ਜਾਣਦੇ, ਇਧਰੋਂ ਦੇਖ। ਹਾਂ ਇਹ ਜਾਣਦੇ ਜਾਣਦੇ, ਇਹ 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 ਬਚ ਗਏ ਉੱਪਰ ਜਾ ਮੜੇ ਲਵਾਇਓ ਨਾਲ ਜਾ ਕੇ ਯਾਰ। ਓਏ ਉਹ ਬੈਗ 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 ਤੋੜਤੀ ਉਹ ਤੂੰ ਯਾਰ, ਉਹ ਚੱਲਦੀ ਗੱਡੀ ਬੈਗ ਤੋੜਤੀ। ਜਾ ਭਰਾਵਾ ਨਾਲ ਚੱਲ ਜਾ ਪਲੀਜ਼ ਮਨੀ ਜਾ ਯਾਰ, ਕੀ ਮਜ਼ਾਕ ਸਮਝੀ ਜਾਂਦੇ ਯਾਰ। ਆਪਾਂ ਵੀਰੇ ਇੱਥੇ ਨਾਲ ਹੀ ਗੱਡੀ ਕੱਢੋ, ਕਿੱਥੇ ਤੁਹਾਡੀ ਗੱਡੀ ਆ, ਆ ਬੈਕ ਕਰ ਲਓ ਦੋ ਮਿੰਟ ਜੀ। ਚਲੋ ਪਿੱਛੇ ਪਿੱਛੇ ਆ ਜਾਓ ਵੀਰੇ, ਲਓ ਬਈ ਮਿੱਤਰੋ ਇੱਥੇ ਖੜ ਕੇ ਰੀਲ ਬਣਾਉਣੀ ਚਾਹੀਦੀ ਯਾਰ। ਚਲੋ ਆ ਜਾਓ ਯਾਰ, ਅੱਜ ਤਾਂ ਮਾੜਾ ਖੜ ਕੇ ਬਣਾਉਣੀ। ਕਿੱਥੇ ਖੜੀਏ? ਇੱਥੇ ਖੜ ਕੇ ਬਣਾਉਣੇ ਨਾ ਆਪਣੇ, ਇੱਥੇ ਆ ਜਾਓ ਗੱਪੇ ਆ ਜਾਓ। ਨਹੀਂ ਇੱਥੇ ਤਾਂ ਬਣਨੀ ਆ ਘੈਂਟ ਘੈਂਟ ਜਿੱਦਾਂ ਮਰਜ਼ੀ।